ਸਾਸੀ ਕਾਲ ਕਿਸਾਨ ਵੀਰੋ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਆਂ ਮੇਰਾ YouTube ਚੈਨਲ ਲੇਟਸ ਐਗਰੀਕਲਚਰ ਇਨਫੋ ਅੱਜ ਤੁਹਾਡੇ ਨਾਲ ਗੱਲ ਕਰਦੇ ਆਂ 121 ਜੋ ਕਿ ਝੋਨੇ ਦੀ ਵੈਰਾਈਟੀ ਆ ਉਸ ਬਾਰੇ ਗੱਲ ਕਰਾਂਗੇ ਇਸ ਵਿੱਚ ਕਿਹੜੇ-ਕਿਹੜੇ ਆਪਾਂ ਫਰਟੀਲਾਈਜ਼ਰ ਖਾਦਾਂ ਪਾਈਆਂ ਹਨ ਸਭ ਤੋਂ ਪਹਿਲਾਂ ਤੁਹਾਨੂੰ ਪਿਆਰ ਭਰੀ ਸਸਰੀ ਅਕਾਲ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਨਾਲ ਲੱਗੇ ਬੈਲ ਆਈਕਨ ਨੂੰ ਕਲਿੱਕ ਕਰੋ ਸੋ ਗੱਲ ਸ਼ੁਰੂ ਕਰਦੇ ਆ ਜਿਹੜੀ ਪੀਆਰ ਵੈਰਾਈਟੀ 121 ਝੋਨੇ ਦੀ ਉਹਦੀ ਗੱਲ ਕਰਦੇ ਆ ਤੁਸੀਂ ਦੇਖ ਸਕਦੇ ਆ ਇਹ ਲਗਭਗ 18 ਤਰੀਕ ਦੇ ਲਗਭਗ ਲੱਗਾ ਹੋਇਆ ਇਹ ਝੋਨਾ ਜੋ ਕਿ ਆਪਾਂ ਗੱਲ ਕਰਦੇ ਆ 7 ਤੋਂ 8 ਟਿਲਰਿੰਗ ਕਰ ਚੁੱਕਾ ਆ ਟ੍ਰੀਲਿੰਗ ਵੀ ਬਹੁਤ ਬਰੀਆ ਕੀਤੀ ਆ ਜਿਹੜਾ ਰੰਗ ਵਗੈਰਾ ਵੀ ਤੁਸੀਂ ਦੇਖ ਸਕਦੇ ਆ ਜੇਕਰ ਆਪਾਂ ਖਾਦਾਂ ਦੀ ਗੱਲ ਕਰੀਏ ਇਸ ਵਿੱਚ ਆਪਾਂ ਪਹਿਲੀ ਜਿਹੜੀ ਡੋਜ਼ ਦਿੱਤੀ ਸੀ ਜੋ ਕਿ ਇੱਕ ਹਫਤੇ ਬਾਅਦ ਦਿੱਤੀ ਸੀ ਲਾਉਣ ਤੋਂ ਉਸ ਵਿੱਚ ਪਹਿਲਾਂ ਆਪਾਂ ਅੱਧਾ ਪੂਰਾ ਡਾਇਆ ਤੇ ਨਾਲ ਅੱਧਾ ਪੂਰਾ ਜੋਰੀਆ ਤੇ ਨਾਲ ਜ਼ਿੰਕ ਪਾਈ ਸੀ ਦੂਸਰੀ ਡੋਜ਼ ਕਿਹੜੀ ਆਪਾਂ ਦਿੱਤੀ ਆ ਲਗਭਗ 15 ਦਿਨਾਂ ਬਾਅਦ ਮਤਲਬ ਚੋਨਾ ਲਾਉਣ ਤੋਂ 15 ਦਿਨਾਂ ਬਾਅਦ ਦੋ ਹਫ਼ਤਿਆਂ ਬਾਅਦ ਗੱਲ ਕਰਦੇ ਆ ਉਸ ਵਿੱਚ ਪोटाश ਅੱਧਾ ਬੁਰਾ ਪोटाश ਦਾ ਤੇ ਅੱਧਾ ਜੂਰੀਆ ਨਾਲ ਸਲਫਰ ਪਾਈ ਸੀ ਤੇ ਨਾਲ ਲੋਹਾ ਜ਼ਿੰਕ ਉਹ ਆਪਾਂ ਪਾਈ ਸੀ ਵਿੱਚ ਇਹਦੇ ਤੇ ਤੀਸਰੀ ਡੋਜ਼ ਆਪਾਂ ਅੱਜ ਤੋਂ ਦੋ ਦਿਨ ਪਹਿਲਾਂ ਦਿੱਤੀ ਆ ਤੁਸੀਂ ਦੇਖ ਸਕਦੇ ਹੋ ਤੋ ਦੋ ਤਿੰਨ ਪਹਿਲਾਂ ਤੀਸਰੀ ਡੋਜ਼ ਜੋ ਕਿ ਜ਼ੂਰੀਆ ਪਾਇਆ ਆਪਾਂ ਇੱਕ ਬੈਗ ਜ਼ੂਰੀਆ ਪਾਇਆ ਜੇਕਰ ਇਸ ਇਹਦੀ ਗੱਲ ਕਰੀਏ ਇਹ ਲਗਭਗ 15 ਤਰੀਕ ਤੇ ਲੱਗਾ ਹੋਇਆ ਆ ਤੁਸੀਂ ਇਸ ਨੂੰ ਵੀ ਦੇਖ ਸਕਦੇ ਹੋ ਕਿੰਨਾ ਫਰਕ ਆ ਤਿੰਨਾ ਦਿਨਾਂ ਦਾ ਫਰਕ ਤੇ ਇਹਦੀ ਟਿਲਰਿੰਗ ਦੀ ਗੱਲ ਕਰੀਏ ਤੁਸੀਂ ਧਿਆਨ ਨਾਲ ਦੇਖ ਸਕਦੇ ਆ ਮੇਰੇ ਹਿਸਾਬ ਨਾਲ 10 ਤੋਂ 12 ਟਿਲਰ ਕਰ ਚੁੱਕਾ ਹੈ ਇਹ ਇਹ ਵੈਰਾਈਟੀ ਕਿਹੜਾ ਇਹ ਖੇਤ ਆ ਹੇਗਾ ਸੇਮੇ ਹੀ ਆ 121 ਇਹ 10 ਤੋਂ 12 ਕਰ ਚੁੱਕਾ ਆ ਟ੍ਰਿਲਿੰਗ ਵੀ ਤੁਸੀਂ ਦੇਖ ਸਕਦੇ ਆ ਬਹੁਤ ਵਧੀਆ ਆ ਤੇ ਇਸ ਵਿੱਚ ਵੀ ਸੇਮੇ ਹੀ ਪਖਾਦਾਂ ਪਾਈਆਂ ਤਿੰਨ ਵਾਰੀ ਖਾਦ ਪਾ ਚੁੱਕੇ ਆ ਜੇਕਰ ਨਾਈਟ੍ਰੋਜਨ ਜੂਰੀਏ ਦੀ ਗੱਲ ਕਰੀਏ ਤਾਂ ਜੂਰੀਆ ਆਪਾਂ ਦੋ ਵੇਗ ਦੇ ਦੇ ਚੁੱਕੇ ਆ ਅੱਧਾ ਬੋਰਾ ਡਾਇਆ ਅੱਧਾ ਪੋਟਾਸ਼ ਨਾਲ ਜ਼ਿੰਕ ਪਾਈ ਸੀ 33% ਤੇ ਲੋਹਾ ਜਿੰਕ ਵੀ ਪਾਈ ਸੀ 5-5 ਕਿਲੋ ਪਾਈਆਂ ਸੀ ਦੋਨਾਂ ਹੀ ਤੇ ਨਾਲ ਸਲਫਰ 5 ਕਿਲੋ ਇਹਨਾਂ ਰੋਜਾਂ ਦੋ ਵਾਰ ਕਰ ਚੁੱਕੇ ਹੁਣ ਤੀਜੀ ਇਹਦੀ ਆਖਰੀ ਡੋਜ਼ ਆ ਉਹਨੂੰ ਇਹਨੂੰ ਮੇਰੇ ਅਕੋਰਡਿੰਗ ਤੇ ਅੱਧਾ ਬੋਰਾ ਜੂਰੀ ਇਹਦਾ ਦਿੱਤਾ ਜਾਊਗਾ ਬਸ ਕੋਈ ਨਹੀਂ ਰੋਜ ਬਹੁਤ ਆ ਇਸ ਵਿੱਚ ਇਹੀ ਖਾਦਾਂ ਪਾਈਆਂ ਸਨ ਅਕਸਰ ਕਿਸਾਨ ਇਦਾਂ ਕਰਦੇ ਆ ਕਿ ਪਹਿਲਾਂ ਜੂਰੀ ਇਹ ਤੇ ਜੋੜ ਦੇ ਦਿੰਦੇ ਆ ਜਿਹੜੀਆਂ ਆਪਾਂ ਨੂੰ ਇੰਜੀਰੀਆ ਤੱਤ ਹੁੰਦੇ ਮੇਨ ਉਹ ਆਪਣੇ ਸਾਰੇ ਨੂੰ ਪਤਾ ਆ ਫਾਸਫੋਰਸ ਹੁੰਦਾ ਜੋ ਕਿ ਆਪ ਨੂੰ ਡਾਇਓ ਤੋਂ ਪ੍ਰਾਪਤ ਹੁੰਦਾ ਨਾਲ ਸਲਫਰ ਹੁੰਦੀ ਆ ਪਟਾਸ਼ ਜਿੰਕ ਲੋਹਾ ਜਿੰਕ ਇਹ ਚੀਜ਼ਾਂ ਹੁੰਦੀਆਂ ਮੇਨ ਜਿਹੜੇ ਤੱਤ ਚੂਨੇ ਨੂੰ ਚਾਹੀਦੇ ਹੁੰਦੇ ਆ ਤੇ ਨਾਈਟrogen ਵੀ ਹੁੰਦੀ ਆ ਪਰ ਅੱਜ ਕੱਲ ਕਿਸਾਨ ਕਰਦੇ ਆ ਕਿ ਪਹਿਲਾਂ ਨਾਈਟrogen ਤੇ ਜ਼ਿਆਦਾ ਜ਼ੋਰ ਦਿੰਦੇ ਆ ਤੇ ਪਹਿਲੇ ਇਹ ਤੱਤਾਂ ਵੱਲ ਨਹੀਂ ਜਾਂਦੇ ਕਿਉਂਕਿ ਮੇਨ ਤੱਤ ਪਹਿਲਾਂ ਚਾਹੀਦੇ ਹੁੰਦੇ ਆ ਨਾਈਟrogen ਦਾ ਚਲੋ ਆਪਾਂ 40 45 ਦਿਨ ਤੱਕ ਵੀ ਪੂਰੀ ਕਰ ਸਕਦੇ ਆ ਥੋੜੇ ਥੋੜੇ ਗੈਪ ਪਾ ਕੇ ਸੋ ਜੇਕਰ ਆਪਾਂ ਨਾਈਟrogen ਦੀ ਵੀ ਗੱਲ ਕਰੀਏ ਯਾਹਤਰ ਕਿਸਾਨ ਇੱਕ ਇੱਕ ਬੈਗ ਛੱਡ ਦਿੰਦੇ ਆ ਵਿੱਚ ਇੱਕ ਇੱਕ ਬੋਰਾ ਜੋ ਕਿ ਝੋਨੇ ਨੂੰ ਉਸ ਟਾਈਮ ਤੇ ਜ਼ਰੂਰਤ ਹੁੰਦੀ ਆ ਇਹ 50% ਹੀ ਲੈਂਦਾ ਉਹਦੇ ਵਿੱਚੋਂ ਤੇ 50% ਕਿਹੜਾ ਉੱਪਰ ਹਵਾ ਚ ਨਾਸ਼ਟ ਹੋ ਜਾਂਦਾ ਆ ਸੋ ਆਪਾਂ ਨੂੰ ਪਹਿਲਾਂ ਜੋ ਕਿ ਯੂਨੀਵਰਸਿਟੀ ਪੀਜੀ ਰਿਕਮੈਂਡ ਕਰਦੀ ਆ ਉਹਦੇ ਅਕੋਰਡਿੰਗ ਹੀ ਚੱਲਣਾ ਚਾਹੀਦਾ ਆ ਤੁਸੀਂ ਝਾੜ ਕੇ ਤਾਂ ਦੇਖ ਸਕਦੇ ਹੋ ਇਹ ਬ੍ਰੈਡ ਜਿਹੜੀ 15 ਤਰੀਕ ਦੀ ਲੱਗੀ ਹੋਈ ਆ ਇਹ 1.5-2 ਖੇਤ 15 ਨੂੰ ਲੱਗੇ ਸੀ ਤੇ ਤੇ 2.5 ਖੇਤ ਆਪਾਂ ਲਾਏ ਸੀਗੇ 18 ਨੂੰ ਉਹ ਵੀ ਤੁਹਾਨੂੰ ਪਹਿਲਾਂ ਦਿਖਾ ਚੁੱਕਾ ਇਹਦੇ ਵਿੱਚ ਹੋਰ ਇਸ ਤੋਂ ਬਾਅਦ ਆਪਾਂ ਨਹੀਂ ਪਾਇਆ ਕੁਝ 나ਹੀਂ ਹੁਣ ਪਾਵਾਂਗੇ ਸਿਰਫ ਹੁਣ ਇਹਦੀ ਇਹਨੂੰ ਦੇਖ ਕੇ ਝੋਨੇ ਨੂੰ ਅੱਧਾ ਬੂਰਾ ਮੇਰੇ ਅਕੋਰਡਿੰਗ ਤਾਂ ਪਾਇਆ ਜਾਊਗਾ ਇਸ ਤੋਂ ਵੱਧ ਨਹੀਂ ਸੋ ਅੱਜ ਦੀ ਵੀਡੀਓ ਵਿੱਚ 121 ਵੈਰਾਈਟੀ ਪੀ ਆਰ ਜਿਹੜੀ ਹੈ ਉਹਦੀ ਗੱਲ ਕੀਤੀ ਸੀ ਜੇ ਦੇਖ ਸਕਦੇ ਹੋ ਜਾੜਾ ਕੀਤਾ ਹੋਇਆ ਉਹ ਟਿਲਰਿੰਗ ਕੀਤੀ ਹੈ ਨੇ 10 ਤੋਂ 12 ਟਿਲਰਿੰਗ ਹੋ ਚੁੱਕੀ ਹੈ ਜਿਹੜਾ 3 ਦਿਨ ਪਹਿਲਾਂ ਲਾਇਆ ਉਹਦੇ ਵਿੱਚ ਆਪਾਂ ਗੱਲ ਕਰਦੇ ਹਾਂ ਤੇ 8 ਤੋਂ 10 ਤੱਕ ਟੀ ਗਿਆ ਆ ਇਹ ਕਈਆਂ-ਕਈਆਂ ਜੇ ਤੁਸੀਂ ਦੇਖ ਸਕਦੇ ਹੋ 12 ਤੋਂ ਵੀ ਵੱਧ ਆ ਟਿਲਰਿੰਗ ਕਰ ਚੁੱਕਿਆ ਸੋ ਆਪਣੀ ਇਹ ਬੇਨਤੀ ਆ ਜਿਵੇਂ-ਜਿਵੇਂ ਰეკਮੈਂਡ ਕੀਤੀਆਂ ਹੁੰਨੀਆਂ ਖਾਦਾਂ ਉਦਾਂ ਹੀ ਪਾਇਆ ਕਰੋ ਬਿਨਾਂ ਮਤਲਬ ਤੋਂ ਅੱਜਕੱਲ ਬਥੇਰੇ ਠੱਗ ਬੈਠੇ ਆ ਬਜ਼ਾਰਾਂ ਵਿੱਚ ਮਾਰਕੀਟਾਂ ਵਿੱਚ ਜੋ ਕਿ ਆਪਣੇ ਭੋਲੇ-ਪਾਲੇ ਕਿਸਾਨਾਂ ਨੂੰ ਸਕਾਉਂਦੇ ਆ ਕਿ ਤੁਸੀਂ ਟਿਲਰਿੰਗ ਲਈ ਪਾਓ ਜਾਂ ਜਾੜਾ ਕਰੂਗਾ ਬੂਟਾ ਬਹੁਤ ਮਾਰੂਗਾ ਉਹਲੇ ਪ੍ਰੋਡਕਟ ਪਵਾਈ ਜਾਂਦੇ ਆ ਉਹ ਤਾਂ ਆਪਾਂ ਇੱਕ ਤਰ੍ਹਾਂ ਦੀ ਬੇਸਟਮਨੀ ਕਹਿ ਸਕਦੇ ਆ। ਕਮ ਅਕਸਰ ਆਪਾਂ ਕਹਿੰਦੇ ਆ ਕਿ ਜੇਕਰ ਆਪਾਂ ਟਿਲਰਿੰਗ ਨੇ ਕਰਦੇ ਵੀ ਆ ਚਲੋ ਆਪਾਂ ਕਹਿੰਦੇ 50% ਅਸਰ ਵੀ ਕਰਦੇ ਆ। 50% ਦੇ ਵਿੱਚ ਜੇ ਉਹ ਟਿਲਰਿੰਗ 15 ਤੋਂ 20 ਵੀ ਟਿਲਰਿੰਗ ਵੀ ਕਰ ਦਿੰਦੇ ਆ ਪਰ ਮੇਰੇ ਇੱਕ ਕਿਸਾਨ ਵੀਰੋ ਜਿਹੜੇ ਆਪਣੇ ਦਾਣੇ ਛੱਟੇ ਨਿਕਲਣੇ ਹੁੰਦੇ ਆ ਜਾ ਕੇ ਗੋਪ ਚੋਂ ਜਾ ਕੇ ਨਿਕ ਛੱਟੇ ਨਿਕਲਣੇ ਉਹ ਤਾਂ ਸਿਰਫ 10-12 ਹੁੰਦੀ ਆ। ਤੁਸੀਂ ਕਦੇ ਵੀ ਪਰਤੱਖ ਕਰਕੇ ਦੇਖ ਲਿਓ। ਇਹ 10 12 ਤੋਂ ਵੱਧ ਨਹੀਂ ਹੁੰਦੇ ਇੱਕ ਬੂਟੇ ਦੇ ਵਿੱਚ ਜਾਂ ਆਪਾਂ ਕਹੀਏ ਛਿੱਟੇ ਇਸ ਤੋਂ 10 12 ਵੀ ਜਿਹੜਾ ਵਧੀਆ ਹੋਊਗਾ ਉਹ ਵਾਹ ਜੀ ਉਹ ਤਾਂ ਪ੍ਰੋਡਕਟ ਆਪਣੇ ਕਰਾ ਦਿੰਦੇ ਆ ਪਹਿਲਾਂ ਪਹਿਲਾਂ ਕਰਵਾ ਕੇ 20 20 ਟੇਲਰਿੰਗ ਕਰਵਾ ਦਿੰਦੇ ਆ ਤੇ ਮੁੜ ਕੇ ਆਪਾਂ ਜਦੋਂ ਦੇਖਦੇ ਆ ਬਾਕੀ ਰਾਖੀ ਬਣ ਜਾਂਦੀ ਆ ਕਿਉਂਕਿ ਪਰਾਲੀ ਬਣ ਜਾਂਦੀ ਆ ਬਾਅਦ ਜਾ ਕੇ ਉਹ ਆਪਾਂ ਨੂੰ ਉਹ ਜਾ ਕੇ ਕਣਕ ਬੀਜਣ ਤੇ ਸਮੇਂ ਵੀ ਬਹੁਤ ਪ੍ਰੋਬਲਮ ਆਉਂਦੀ ਆ ਪਰਾਲੀ ਦੀ ਸੋ ਇਧਰ ਦੇ ਪ੍ਰੋਡਕਟਾਂ ਤੋਂ ਤਾਂ ਦੂਰ ਹੀ ਰਿਹਾ ਕਰੋ ਜੋਕਰ ਆਪਣੀ ਯੂਨੀਵਰਸਟੀ ਨੂੰ ਕਮਾਂਡ ਕਰਦੀ ਉਹ ਅਕੋਰਡਿੰਗ ਹੀ ਚੱਲਿਆ ਕਰੋ ਬਸ ਇਸ ਦੀ ਵੀਡੀਓ ਵਿੱਚ ਅੱਜ ਇਹੀ ਗੱਲ ਕਰਨੀ ਸੀ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਨਾਲ ਲੱਗੇ ਬੈਲ ਆਈਕਨ ਨੂੰ ਕਲਿੱਕ ਕਰੋ ਤਾਂ ਜੋ ਸਾਡੇ ਦੁਆਰਾ ਨਵੀਂ ਅਪਲੋਡ ਕੀਤੀ ਗਈ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਤੁਹਾਡਾ ਬਹੁਤ ਬਹੁਤ ਧੰਨਵਾਦ